ਅਸੀਂ ਇੱਥੇ ਜਦੋਂ ਵੀ ਮਾਦਰੀ ਜ਼ੁਬਾਨ ਦੀ ਗੱਲ ਕਰਦੇ ਹਾਂ ਸਾਡੇ ਆਪਣੇ ਹੀ ਪੰਜਾਬੀ ਸਾਨੂੰ ਕਹਿਣ ਲੱਗ ਪੈਂਦੇ ਨੇ ਤੁਸੀਂ ਲਸਾਨੀਅਤ ਫੈਲਾ ਰਹੇ ਹੋ। ਫਿਰ ਜਦੋਂ ਅਸੀਂ ਕਦੀ ਨੈਸ਼ਨਲਿਜ਼ਮ ਦੀ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਨੇ ਤੁਸੀਂ ਮੁਲਕ ਦੁਸ਼ਮਣੀ ਕਰ ਰਹੇ ਹੋ, ਤੁਸੀਂ ਕੌਮ ਨੂੰ ਤਕਸੀਮ ਕਰ ਰਹੇ ਹੋ, ਤੁਸੀਂ ਸ਼ਰਪਸੰਦੀ ਕਰ ਰਹੇ ਹੋ। ਹੁਣ ਅਸੀਂ ਇੱਕ ਸਿਲਸਿਲਾ ਸ਼ੁਰੂ ਕੀਤਾ ਹੈ ਪੰਜਾਬ ਦੇ ਪਿੰਡਾਂ 'ਚ ਸ਼ਹਿਰਾਂ 'ਚ, ਅਸੀਂ ਇੱਕ ਮੇਲੇ ਬਣਾ ਰਹੇ ਹਾਂ, ਲੋਕਾਂ 'ਚ ਖੁਸ਼ੀਆਂ ਵੰਡਣ ਜਾ ਰਹੇ ਹਾਂ। ਅਤੇ ਤੁਸੀਂ ਦੱਸੋ ਅੱਜ ਦੀ ਜਿਹੜੀ ਸਿਆਸਤ ਹੋ ਰਹੀ ਹੈ ਨੂਨ ਲੀਗ ਦੀ, PTI ਦੀ, ਇਹ ਪੰਜਾਬੀਆਂ ਨੂੰ ਤਕਸੀਮ ਕਰ ਰਹੇ ਨੇ ਜਾਂ ਜੋੜ ਰਹੇ ਨੇ? ਅਸੀਂ ਤਾਂ ਪੰਜਾਬੀਆਂ ਨੂੰ ਜੋੜ ਰਹੇ ਹਾਂ, ਰੰਗ, ਨਸਲ, ਮਜ਼ਹਬ ਔਰ ਨਜ਼ਰੀਆਤ ਦੀ ਵੰਡ ਤੋਂ ਮਾਵਰਾ ਅਸੀਂ ਪੰਜਾਬੀਆਂ ਨੂੰ ਜੋੜ ਰਹੇ ਹਾਂ। ਔਰ ਨੈਸ਼ਨਲਿਸਟ ਹਾਂ, ਸਾਨੂੰ ਇਸ ਗੱਲ 'ਤੇ ਫਖਰ ਹੈ, ਅਸੀਂ ਧਰਤੀ ਦੇ ਪੁੱਤਰ ਹਾਂ। ਲੇਕਿਨ ਇਹ ਜਿਹੜੀਆਂ ਨਾਮ ਨਿਹਾਦ ਤੁਹਾਡੀਆਂ ਵਫਾਕੀ ਜਮਾਤਾਂ ਨੇ ਔਰ ਤੁਸੀਂ ਜਿਹੜੇ ਮੁਤਾਲਿਆ ਪਾਕਿਸਤਾਨ ਪੜ੍ਹ ਪੜ੍ਹ ਕੇ ਜ਼ਿਹਨੀ ਤੌਰ 'ਤੇ ਦਿਵਾਲੀਆ ਹੋ ਚੁੱਕੇ ਹੋ, ਫਿਕਰੀ ਤੌਰ 'ਤੇ ਕੰਗਾਲ ਹੋ ਚੁੱਕੇ ਹੋ, ਤੁਸੀਂ ਇਹ ਦੱਸੋ ਕਿ ਇਹ ਤੁਹਾਡੀਆਂ ਨਾਮ ਨਿਹਾਦ ਵਫਾਕੀ ਜਮਾਤਾਂ ਜੋੜ ਰਹੀਆਂ ਨੇ ਜਾਂ ਵੰਡ ਰਹੀਆਂ ਨੇ? ਇੱਕ ਦੂਜੇ ਦੇ ਵਰਕਰ ਇੱਕ ਦੂਜੇ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ, ਉਹਨਾਂ ਦਾ ਵੱਸ ਨਹੀਂ ਚੱਲਦਾ ਪਿਆ ਇੱਕ ਦੂਜੇ ਦੀਆਂ ਬੋਟੀਆਂ ਕਰ ਦੇਣ, ਕੀਮੇ ਕਰ ਦੇਣ। ਅਤੇ ਇਹ ਖਿਦਮਤ ਕਰ ਰਹੀਆਂ, ਇਹ ਪਾਕਿਸਤਾਨ ਨੂੰ ਜੋੜ ਰਹੀਆਂ ਨੇ, ਇਹ ਖਿਦਮਤ ਕਰ ਰਹੀਆਂ ਨੇ ਕਿ ਮੁਲਕ ਇੰਨੇ ਇੰਤਸ਼ਾਰ ਦਾ, ਇੰਨੀ ਪੋਲਰਾਈਜੇਸ਼ਨ ਦਾ ਸ਼ਿਕਾਰ ਹੋ ਗਿਆ ਜਿੰਨਾ ਸ਼ਾਇਦ ਬੰਗਲਾਦੇਸ਼ ਦੇ ਵਕਤ ਵੀ ਨਹੀਂ ਆਉਣਾ। ਸਕੂਤੇ ਢਾਕਾ ਦੇ ਵੇਲੇ ਵੀ ਇੰਨੀ ਪੋਲਰਾਈਜੇਸ਼ਨ ਸ਼ਾਇਦ ਨਹੀਂ ਹੋਏਗੀ ਜਿੰਨੀ ਅੱਜ। ਅਤੇ ਇਹ ਜਿਹੜੀਆਂ ਤੁਹਾਡੀਆਂ ਕਿਆਦਤਾਂ ਨੇ, ਨਾਮ ਨਿਹਾਦ ਵਫਾਕੀ ਕਿਆਦਤਾਂ, ਤੁਸੀਂ ਦੱਸੋ ਇਹਨਾਂ ਕੌਮ ਨੂੰ ਜੋੜਨ ਵਾਸਤੇ ਕੀ ਕੀਤਾ ਹੈ ਸਿਵਾਏ ਇਸ ਦੇ ਕਿ ਇੱਕ ਦੂਜੇ ਦੇ ਖਿਲਾਫ਼ ਨਫ਼ਰਤ ਫੈਲਾਈਏ, ਇੱਕ ਦੂਜੇ ਦੇ ਖਿਲਾਫ਼ ਸ਼ਦੀਦ ਤਰੀਨ ਪ੍ਰੋਪੇਗੰਡੇ ਕੀਤੇ ਨੇ, ਪੇਡ ਮੀਡੀਆ ਸੈੱਲ ਚਲਾਏ ਨੇ? ਆਵਾਮ ਨੂੰ ਦੱਸੋ ਆਟੇ ਦੀਆਂ ਲਾਈਨਾਂ 'ਚ ਮਰਵਾਉਣ ਤੋਂ ਇਲਾਵਾ ਇਹਨਾਂ ਕੀ ਕੰਮ ਕੀਤਾ ਹੈ? ਰਾਸ਼ਨ ਕਾਰਡਾਂ ਦੇ ਇਲਾਵਾ ਔਰ ਹੈਲਥ ਕਾਰਡਾਂ ਦੇ ਇਲਾਵਾ ਇਹਨਾਂ ਕੀ ਕੀਤਾ? ਕਿਹੜੀ ਖੁਸ਼ੀ ਵੰਡੀ ਹੈ? ਕਿਹੜੀ ਕੁਆਲਿਟੀ ਆਫ ਲਾਈਫ ਬਿਹਤਰ ਕੀਤੀ ਹੈ ਜਿਹਦੇ ਨਾਲ ਜਿਹੜੀ ਪ੍ਰਿਵੈਂਸ਼ਨ ਹੋ ਸਕੇ ਬਿਮਾਰੀਆਂ ਦੀ? ਛੋਟੇ ਸ਼ਹਿਰਾਂ 'ਚ ਚਲੇ ਜਾਓ, ਉੱਥੇ ਤੁਹਾਨੂੰ ਮਲਟੀਨੈਸ਼ਨਲ ਚੇਨਾਂ ਦੇ ਔਰ ਵੱਡੀਆਂ ਚੇਨਾਂ ਜਿਹੜੀਆਂ ਪਾਕਿਸਤਾਨ ਦੀਆਂ ਨੇ, ਮੈਡੀਕਲ ਸਟੋਰ ਵਾਧੂ ਲੱਭਣਗੇ। ਲੇਕਿਨ ਖੁਸ਼ੀ ਮਨਾਉਣ ਵਾਸਤੇ ਕੋਈ ਥਾਂ ਨਹੀਂ ਲੱਭੇਗੀ, ਕੋਈ ਐਕਟੀਵਿਟੀ ਨਹੀਂ ਲੱਭੇਗੀ ਕਿ ਜਿਹਦੇ ਨਾਲ ਤੁਸੀਂ ਬਿਮਾਰੀਆਂ ਤੋਂ ਦੂਰ ਰਹਿੰਦੇ ਹੋ, ਜ਼ਿਹਨੀ ਤੌਰ 'ਤੇ ਠੀਕ ਰਹਿੰਦੇ ਹੋ। ਹਰ ਦੂਜਾ ਪਾਕਿਸਤਾਨੀ ਇਸ ਵਕਤ ਖਾਸ ਤੌਰ 'ਤੇ ਪੰਜਾਬੀ ਜ਼ਿਹਨੀ ਬਿਮਾਰ ਹੋ ਚੁੱਕਿਆ ਇਸ ਸ਼ਿੱਦਤ ਪਸੰਦੀ, ਇਸ ਇੰਤਹਾ ਪਸੰਦੀ, ਜਿੱਥੇ ਮਜ਼ਹਬੀ ਇੰਤਹਾ ਪਸੰਦੀ ਵੀ ਹੈ, ਸਿਆਸੀ ਇੰਤਹਾ ਪਸੰਦੀ ਵੀ ਹੈ। ਇਸ ਦੌਰ 'ਚ ਅਸੀਂ ਚੂਨੀਆਂ ਸ਼ਹਿਰ 'ਚ ਇੱਕ ਹੋਰ ਬ੍ਰੇਕ ਥਰੂ ਕਰਨ ਜਾ ਰਹੇ ਹਾਂ, ਇੱਕ ਵੱਡਾ ਜਲਸਾ ਕਰਨ ਜਾ ਰਹੇ ਹਾਂ। ਮੇਰੀ ਸਾਰੇ ਪੰਜਾਬੀ ਜਿਹੜੇ ਆਪਣੇ ਆਪ ਨੂੰ ਪੰਜਾਬੀ ਸੇਵਕ ਕਹਿੰਦੇ ਨੇ, ਉਹਨਾਂ ਅੱਗੇ ਤਰਲਾ ਹੈ, ਉਹਨਾਂ ਅੱਗੇ ਬੇਨਤੀ, ਉਹਨਾਂ ਨੂੰ ਦਾਵਤ ਹੈ ਕਿ ਉਹ ਚੂਨੀ ਸ਼ਹਿਰ ਆਉਣ, ਸਾਡੇ ਬਾਂਹ ਬੇਲੀ ਬਣਨ, ਅਸੀਂ ਕੰਮ ਕਰ ਰਹੇ ਹਾਂ, ਸਾਡਾ ਸਾਥ ਦਿਓ, ਸਾਡੀਆਂ ਬੇੜੀਆਂ 'ਚ ਵੱਟੇ ਨਾ ਪਾਓ, ਸਾਡਾ ਸਾਥ ਦਿਓ, ਲੋਕਾਂ ਨੂੰ ਪਤਾ ਲੱਗੇ ਕਿ ਮੇਰੇ ਵੀਰ ਆਏ ਨੇ। ਅਤੇ ਇਹ ਦੂਜੀਆਂ ਤਨਜ਼ੀਮਾਂ ਵਾਲਿਆਂ ਵਾਸਤੇ, ਸਾਡੇ ਜਿਹੜੇ ਆਪਣੇ ਰਾਖੇ ਨੇ ਉਹਨਾਂ ਨੂੰ ਤਾਂ ਮੈਂ ਸਮਝਣਾ, ਜਿਹੜਾ ਜਿਹੜਾ ਇਸ ਵੇਲੇ ਬਾਹਰ ਨਹੀਂ ਬੈਠਾ ਮੁਲਕੋਂ, ਉਹ ਜ਼ਰੂਰ ਹੀ ਆਵੇ, ਉਹਦਾ ਤਾਂ ਨਾ ਆਉਣ ਦਾ ਕੋਈ ਜਵਾਜ਼ ਹੀ ਨਹੀਂ। ਅਤੇ ਬਹਰਹਾਲ ਇਹ ਉਹ ਫਰਕ ਜੇ ਇੱਕ ਕੌਮਪ੍ਰੈਸ ਜਮਾਤ ਦਾ ਔਰ ਇੱਕ ਇੱਥੋਂ ਦੀਆਂ ਨਾਮ ਨਿਹਾਦ ਵਫਾਕੀ ਜਮਾਤਾਂ ਦਾ, ਇਸਟੈਬਲਿਸ਼ਮੈਂਟ ਵੀ ਸੁਣ ਲੈ ਔਰ ਇਹਨਾਂ ਦੀਆਂ ਕਿਆਦਤਾਂ ਨੂੰ ਪੂਜਣ ਵਾਲੀ ਆਵਾਮ ਵੀ ਸੁਣ ਲੈ ਕਿ ਇਹ ਤੁਹਾਡਾ ਪਾਕਿਸਤਾਨ ਤੋੜ ਰਹੇ ਨੇ, ਇਹ ਤੁਹਾਡਾ ਪਾਕਿਸਤਾਨ ਤੋੜਨ ਦੇ ਕਰੀਬ ਲੈ ਆਏ ਨੇ, ਇਹ ਕੌਮ ਨੂੰ ਤਕਸੀਮ ਕਰ ਰਹੇ ਨੇ, ਵੰਡ ਰਹੇ ਨੇ, ਇਹ ਸ਼ਰਪਸੰਦੀ ਕਰ ਰਹੇ ਨੇ। ਅਸੀਂ ਨਹੀਂ ਕਰ ਰਹੇ, ਅਸੀਂ ਤਾਂ ਖੁਸ਼ੀਆਂ ਵੰਡ ਰਹੇ ਹਾਂ, ਅਸੀਂ ਜੋੜ ਰਹੇ ਹਾਂ, ਅਸੀਂ ਤੋੜ ਨਹੀਂ ਰਹੇ। ਅਸੀਂ ਜੇ ਗੱਲ ਕਰਦੇ ਹਾਂ ਕਿ ਪੰਜਾਬ ਨਹੀਂ ਵੰਡਿਆ ਜਾਣਾ ਚਾਹੀਦਾ, ਤਾਂ ਅਸੀਂ ਜੋੜਨ ਦੀ ਗੱਲ ਕਰਦੇ ਹਾਂ, ਤੋੜਨ ਦੀ ਗੱਲ ਨਹੀਂ ਕਰਦੇ। ਉਹ ਜਿਹੜੇ ਟਾਈਟੋਟਰੂ ਤੋੜਨ ਦੀ ਗੱਲ ਕਰਦੇ ਪਏ ਨੇ ਝੂਠੀ ਤਰੀਕ ਬਣਾ ਕੇ, ਉਹ ਕਿਹੜੀ ਖਿਦਮਤ ਕਰਨ ਲੱਗੇ ਨੇ ਆਪਣੀ ਕੌਮ ਦੀ, ਜਾਂ ਪਾਰਲੇ ਪਾਸੇ ਚੜ੍ਹਦੇ ਪੰਜਾਬ 'ਚ ਕਿਹੜਾ ਹਰਿਆਣੇ ਨੇ, ਜਾਂ ਉਹਨਾਂ ਤਿੰਨ ਟੁੱਟੇ ਕਰਕੇ ਉਹਨਾਂ ਪੁੰਨ ਕਮਾ ਲਿਆ, ਜਾਂ ਕੋਈ ਸੁਪਰ ਪਾਵਰਾਂ ਬਣ ਗਈਆਂ ਨੇ? ਜ਼ਬਾਨ ਨੂੰ ਛੋਟਾ ਕਰੋਗੇ, ਉਹਦਾ ਦਾਇਰਾ ਮਹਿਦੂਦ ਕਰੋਗੇ, ਤਾਂ ਤੁਸੀਂ ਆਪ ਹੀ ਨੁਕਸਾਨ 'ਚ ਰਹਿਣਾ।
ਇੱਥੇ ਕੋਈ ਪਠਵਾਰੀ ਚੁੱਕੀ ਫਿਰਦਾ ਹੈ ਜੀ, ਇਹ ਅਲੈਦਾ ਜ਼ਬਾਨ ਹੈ, ਕੋਈ ਹਿੰਦਕੋ ਨੂੰ ਅਲੈਦਾ ਜ਼ਬਾਨ ਆਖੀ ਜਾਂਦਾ ਹੈ, ਕੋਈ ਜਿਹੜਾ ਹੈ ਉਹ ਲਹਿੰਦੀ ਦੇ ਲਹਿਜਿਆਂ ਨੂੰ ਵੱਖਰੀ ਜ਼ਬਾਨ ਦਾ ਇੱਕ ਝੂਠਾ ਨਾਂ ਦਿੱਤੀ ਫਿਰਦਾ। ਚਲੋ ਇਹ ਤਾਰੀਖੀ ਬੋਲੀਆਂ ਦੇ ਨਾਂ ਨੇ, ਉਹ ਤਾਂ ਸਰਾਇਕੀ ਦਾ ਅਸਲੋਂ ਹੀ ਝੂਠ ਹੈ। ਅਤੇ ਅਸੀਂ ਜੋੜਨ ਦੀ ਗੱਲ ਕਰ ਰਹੇ ਹਾਂ, ਜਨੂਬੀ ਪੰਜਾਬ ਦੇ ਵੀ ਜਿਹੜੇ ਲੋਕ ਉਸ ਝੂਠੀ ਤਰੀਕ ਦੇ ਨਾਲ ਨਹੀਂ, ਉਹ ਸਾਡੇ ਨਾਲ ਲੱਗਣ, ਅਸੀਂ ਖਲੋਵਾਂਗੇ, ਅਸੀਂ ਉਹਨਾਂ ਦੇ ਹਕੂਕ ਦੀ ਵੀ ਜੱਦੋਜਹਿਦ ਕਰਾਂਗੇ, ਉਹਨਾਂ ਦੇ ਹਕੂਕ ਵਾਸਤੇ ਲੜਾਂ ਮਰਾਂਗੇ ਵੀ, ਚਾਹੇ ਉਹ ਪੰਜਾਬੀ ਬਲੋਚ ਹੋਣ, ਚਾਹੇ ਉਹ ਜਿਹੜੇ ਕਿਸੇ ਵੀ ਕੌਮੀਅਤ ਤੋਂ ਹੋਣ, ਜਿਹੜੇ ਪੰਜਾਬ 'ਚ ਵੱਸਦੇ ਨੇ ਪਿਛਲੇ  400, 500, 300 ਸਾਲ ਤੋਂ, ਜਿਨ੍ਹਾਂ ਦੀ ਸਿੰਗਲ ਲੈਂਗੁਏਜ ਪੰਜਾਬੀ ਏ ਔਰ ਇਸ ਧਰਤੀ ਦੇ ਉਹ ਵਸਨੀਕ ਨੇ, ਉਹਨਾਂ ਤੋਂ ਬਾਅਦ ਕੋਈ ਪੰਜਾਬੀ ਨਹੀਂ, ਔਰ ਅਸੀਂ ਬਿਲਕੁਲ ਨਹੀਂ ਉਹਨਾਂ ਨੂੰ ਖਾਰਜ ਕਰਦੇ। ਸਾਡਾ ਇਹ ਵੀ ਪਲਾਨ ਹੈ ਜੋੜਨ ਵਾਸਤੇ ਕਿ ਅਸੀਂ ਕਹਿੰਦੇ ਹਾਂ, ਪੰਜਾਬ ਨੈਸ਼ਨਲ ਮੂਵਮੈਂਟ ਇਹ ਕਹਿੰਦੀ ਹੈ ਕਿ ਜਿਹੜੀ ਬੁਨਿਆਦੀ ਤਲੀਮ ਹੈ ਉਹਦੇ ਵਿੱਚ ਸੈਂਟਰਲ ਡਾਇਲੈਕਟ ਨਹੀਂ, ਉਹਦੇ ਵਿੱਚ ਪੰਜਾਬੀ ਦੇ ਲਹਿਜੇ, ਜਿੱਥੇ ਜਿੱਥੇ ਜਿਹੜਾ ਲਹਿਜਾ ਜ਼ਿਆਦਾ ਬੋਲਿਆ ਜਾਂਦਾ ਉੱਥੇ ਉੱਥੇ ਉਹ ਲਹਿਜਾ ਪੜਾਇਆ ਜਾਏ, ਔਰ 5ਵੀਂ ਤੋਂ ਬਾਅਦ ਸੈਂਟਰਲ ਡਾਇਲੈਕਟ ਅਪਲਾਈ ਕੀਤਾ ਜਾਏ ਸਾਰਿਆਂ ਲਹਿਜਿਆਂ ਨੂੰ ਰਲਾ ਕੇ, ਜਿਹੜਾ ਕਿ ਸਾਡੇ 7 ਸੂਫੀਆਂ ਨੇ ਕੀਤਾ, ਉਹਦੇ ਵਿੱਚ ਫਿਰ ਇੱਕ ਵੱਡੀ ਜ਼ਬਾਨ ਜਿਹੜੀ ਹੈ ਉਹ ਪੜ੍ਹਾਉਣੀ ਸ਼ੁਰੂ ਕੀਤੀ ਜਾਏ। ਇਸ ਤਰ੍ਹਾਂ ਪੰਜਾਬੀ ਜ਼ਬਾਨ ਨੂੰ ਵੀ ਬਹੁਤ ਫਾਇਦਾ ਹੋਏਗਾ ਔਰ ਇੱਕ ਇੱਕ ਇੰਡੀਵਿਜੁਅਲ ਨੂੰ ਫਾਇਦਾ ਹੋਏਗਾ। ਇਹ ਜਿਹੜੇ ਝੂਠੀ ਤਰੀਕ ਲਈ ਫਿਰਦੇ ਨੇ, ਇਹਨਾਂ ਨੂੰ ਅੰਦਾਜ਼ਾ ਹੀ ਨਹੀਂ ਕਿ ਕਿੰਨਾ ਵੱਡਾ ਨੁਕਸਾਨ ਕਰ ਰਹੇ ਨੇ ਆਪਣਾ, ਔਰ ਇਹ ਕਿੰਨੇ ਵੱਡੇ ਬੈਨੀਫਿਟ ਤੋਂ ਮਹਿਰੂਮ ਕਰ ਰਹੇ ਨੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ। ਤੇ ਮੇਰਾ ਤਰਲਾ ਹੈ ਇਹਨਾਂ ਲੋਕਾਂ ਨੂੰ ਇਹ ਸਮਝਣ ਇਸ ਗੱਲ ਨੂੰ, ਔਰ ਆਮ ਪਾਕਿਸਤਾਨੀ ਅੱਗੇ ਇਹ ਤਰਲਾ ਹੈ ਕਿ ਰੱਬ ਦਾ ਵਾਸਤਾ ਇਹ ਝੂਠੀਆਂ ਵਫਾਕੀ ਜਮਾਤਾਂ ਦੇ ਪਿੱਛੋਂ ਹਟ ਕੇ ਧਰਤੀ ਦੇ ਪੁੱਤਰਾਂ ਨਾਲ ਜੁੜੋ। ਧਰਤੀ ਦੇ ਪੁੱਤਰਾਂ ਤੋਂ ਇਲਾਵਾ ਨਾ ਪਾਕਿਸਤਾਨ ਕੋਈ ਬਚਾ ਸਕਦਾ, ਨਾ ਪੰਜਾਬ ਨੂੰ ਕੋਈ ਖੁਸ਼ਹਾਲ ਬਣਾ ਸਕਦਾ। ਅਵਲ ਆਖਰ ਪੰਜਾਬ ਜੀਵਨ ਪੰਜਾਬੀ ਲਾਲ। 20 ਮਈ ਨਹੀਂ ਭੁੱਲਣੀ, 20 ਮਈ ਨੂੰ ਚੂਣੀਆਂ ਇੱਕ ਮੇਲਾ ਹੈ, ਜਸ਼ਨ-ਏ ਪੰਜਾਬ ਔਰ ਜਲਸਾ ਆਮ ਹੈ, ਔਰ ਉਹਦੇ ਵਿੱਚ ਸਾਰੇ ਪੰਜਾਬੀਆਂ ਦੀ ਸ਼ਿਰਕਤ ਜਿਹੜੀ ਹੈ ਉਹ ਸਾਡੇ ਵਾਸਤੇ ਬਹੁਤ ਮਾਣਯੋਗ ਹੋਏਗੀ ਔਰ ਪੰਜਾਬੀ ਤਰੀਕ ਵਾਸਤੇ ਬਹੁਤ ਉਹਦਾ ਫਾਇਦਾ ਹੋਏਗਾ। ਸਾਡੇ ਨਾਲ ਜੁੜੋ, ਸਾਡੀਆਂ ਆਵਾਜ਼ਾਂ ਬਣੋ। ਤੁਸੀਂ ਪਾਕਿਸਤਾਨ ਦੇ ਹੱਕ 'ਚ ਹੋ, ਤੁਸੀਂ ਪੰਜਾਬ ਦੇ ਹੱਕ 'ਚ ਹੋ, ਤੁਸੀਂ ਪੰਜਾਬ ਦੀ ਆਵਾਮ ਨੂੰ ਤਰੱਕੀ ਕਰਦੇ ਵੇਖਣਾ ਚਾਹੁੰਦੇ ਹੋ, ਤੁਸੀਂ ਆਪਣੇ ਬਾਲਾਂ ਦਾ ਬਿਹਤਰ ਮੁਸਤਕਬਲ ਵੇਖਣਾ ਚਾਹੁੰਦੇ ਹੋ, ਤੇ ਪਲੀਜ਼ 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 ਪੰਜਾਬ ਨੈਸ਼ਨਲ ਮੂਵਮੈਂਟ ਦਾ ਸਾਥ ਦਿਓ। ਇਹ ਤੁਹਾਡੇ ਵਿੱਚੋਂ ਹੈ, ਤੁਸੀਂ ਇਹਦੇ ਵਿੱਚੋਂ, ਬਾਕੀ ਅਸ਼ਰਾਫੀਆ ਦੀਆਂ ਜਮਾਤਾਂ ਨੇ, ਟਾਊਟ ਨੇ, ਇਸਟੈਬਲਿਸ਼ਮੈਂਟ ਦੇ, ਇੱਕ ਲੈ ਜਾਂਦਾ ਹੈ ਤੇ ਉਹ ਤਨਕੀਦ ਸ਼ੁਰੂ ਕਰ ਦਿੰਦਾ ਹੈ, ਔਰ ਦੂਜਾ ਜਿਹੜਾ ਹੈ ਉਹ ਆ ਜਾਂਦਾ ਹੈ ਤੇ ਉਹ ਚਾਪਲੂਸੀ ਸ਼ੁਰੂ ਕਰ ਦਿੰਦਾ ਹੈ, ਤੇ ਇਸੇ ਤਰ੍ਹਾਂ ਇਹਨਾਂ ਤੁਹਾਨੂੰ ਬੇਵਕੂਫ ਬਣਾਇਆ ਹੋਇਆ ਹੈ। ਤੇ ਆਪਣਾ ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਦਾ ਖਿਆਲ ਕਰੋ, ਸਾਡਾ ਸਾਥ ਦਿਓ। ਆਓ ਆਪਾਂ ਰਲ ਮਿਲ ਕੇ ਹੱਸੀਏ, ਖੇਡੀਏ, ਜਸ਼ਨ ਮਨਾਈਏ ਔਰ ਗੱਲਾਂ ਬਾਤਾਂ ਕਰੀਏ ਆਪਸ 'ਚ ਸਾਂਝੀਆਂ। ਰੱਬ ਰਾਖਾ।